ਹਾਂਜੀ ਤੁਸੀਂ ਜੁੜੇ ਹੋਏ ਹੋ ਨਰੂਲ ਪੰਜਾਬੀ ਸਾਹਿਤਕ ਚੈਨਲ ਪੰਜਾਬੀ ਸਾਹਿਤਕ ਸਰਗਰਮੀਆਂ ਦੇ ਨਾਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਤਾਂ ਉਹਨਾਂ ਆਪਾਂ ਮਾਸਟਰ ਕਿਡਰ ਦਾ ਪੇਪਰ ਜਲਦ ਹੋਣ ਦੀ ਆਸ ਦੇ ਵਿੱਚ ਤੇ ਨਾਲ ਇਹ UGC NET ਦਾ ਜਿਹੜਾ ਪੇਪਰ ਹੋਣ ਜਾ ਰਿਹਾ ਹੈ ਉਸ ਦੇ ਲਈ ਇੱਕ ਵਾਰ ਫਿਰ ਤੋਂ ਤੁਹਾਡੀ ਤਿਆਰੀ ਕਰਵਾਉਣ ਦੇ ਲਈ ਨਵੀਆਂ ਵੀਡੀਓ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ ਇੱਕ ਲੈਕਚਰ ਲੜੀ ਸ਼ੁਰੂ ਕੀਤੀ ਆ ਜਿਸ ਦਾ ਅੱਜ ਦੂਜਾ ਭਾਗ ਤੁਹਾਡੇ ਨਾਲ ਸਾਂਝਾ ਕਰਨਾ ਹੈ ਤਾਂ ਇਸ ਦੇ ਵਿੱਚ ਆਪਾਂ ਆਧਾਰ ਕਿਸ ਨੂੰ ਬਣਾਇਆ ਜਿਸ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਸਿਲੇਬਸ ਹੈ ਅ ਚਾਹੇ ਉਹ ਕਿਸੇ ਵੀ ਕੋਰਸ ਦਾ ਹੋਵੇ ਬੀਏ ਐਮਏ ਬੀਐਸਸੀ ਬੀਬੀਏ ਜਾਂ ਜੋ ਵੀ ਕਿਤਾਬ ਜਿਹੜੀ ਹੈ ਜਾਂ ਜਿਹੜੇ ਕਹਾਣੀ ਨਾਵਲ ਕਵਤਾਵਾਂ ਨਾਟਕ ਇਹਦੇ ਵਿੱਚ ਲੱਗੇ ਹੋਏ ਨੇ ਇਹਨਾਂ ਤੇ ਅਕਸਰ ਸਵਾਲ ਜਿਹੜਾ ਪੁੱਛਿਆ ਜਾਂਦਾ ਤਾਂ ਇਹਦੇ ਨਾਲ ਜਿਹੜਾ ਹੈ ਆਪਾਂ ਵੀਡੀਓ ਸ਼ੁਰੂ ਕੀਤੀਆਂ ਤਾਂ ਕਹਾਣੀ ਦਾ ਆਪਣਾ ਟੌਪਿਕ ਜਿਹੜਾ ਚੱਲ ਰਿਹਾ ਹੈਗਾ ਅੱਜ ਉਸ ਦਾ ਦੂਜਾ ਭਾਗ ਤੁਹਾਡੇ ਨਾਲ ਸਾਂਝਾ ਕਰਨਾ ਤਾਂ ਤੁਸੀਂ ਜੁੜੇ ਰਹਿਣਾ ਇਸੇ ਤਰ੍ਹਾਂ ਹੀ ਆਪਾਂ ਸਾਰੇ ਜਿਹੜੇ ਇਹਦੇ ਹੱਲ ਕਰਾਂਗੇ ਤਾਂ ਇਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਪਾਂ ਪੰਜਾਬ ਯੂਨੀਵਰਸਿਟੀ ਦਾ ਜਿਹੜੇ ਸਿਲੇਬਸ ਦੇ ਵਿੱਚ ਸ਼ਾਮਲ ਰਚਨਾਵਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਉਹਦਾ ਵੀਡੀਓ ਦਾ ਲਿੰਕ ਮੈਂ ਲਾਸਟ ਤੇ ਜਦੋਂ ਇਹ ਵੀਡੀਓ ਖਤਮ ਹੋਏਗੀ ਤਾਂ ਲਾਸਟ ਦੇ ਉੱਪਰ ਉਸ ਦੇ ਡਿਸਪਲੇ ਹੋ ਜਾਏਗਾ ਉਹ ਤੁਸੀਂ ਉਹਦੇ ਤੋਂ ਜਿਹੜਾ ਹੈ ਵੀਡੀਓ ਦੇਖ ਸਕਦੇ ਹੋ ਸਾਰਾ ਕਰਵਾਇਆ ਹੋਇਆ ਤੇ ਹੁਣ ਆਪਾਂ ਪੰਜਾਬੀ ਯੂਨੀਵਰਸਿਟੀ ਕਰਾਂਗੇ ਬਾਅਦ ਵਿੱਚ ਆਪਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸ਼ੁਰੂ ਕਰਾਂਗੇ ਤਾਂ ਸ਼ੁਰੂ ਕਰਦੇ ਆਂ ਅੱਜ ਆਪਾਂ ਜਿਹੜਾ ਹੈ ਜਿਹੜੇ ਦੋਸਤ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਜਾਂ ਨਵੇਂ ਆਏ ਆ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਚੈਨਲ ਨੂੰ ਤਾਂ ਜੋ ਨਵੀਂ ਵੀਡੀਓ ਅਪਲੋਡ ਜਿਹੜੀ ਹੁੰਦੀ ਹੈ ਤੁਹਾਨੂੰ ਡਾਇਰੈਕਟ ਮਿਲ ਸਕੇ ਤਾਂ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈ ਕਹਾਣੀਆਂ ਨੂੰ ਅੱਗੇ ਤੋਰਾਂਗੇ ਤਾਂ ਉਸੇ ਕਹਾਣੀ ਸਗਰਾਂ ਦੇ ਵਿੱਚ ਨੈਕਸਟ ਜਿਹੜੀ ਕਹਾਣੀ ਸੀ ਭਾਗਾਂ ਦੀ ਢੋਰ ਨਵਤੇਜ ਸਿੰਘ ਦੀ ਸੀ ਇਹ ਕਹਾਣੀ ਹੈ ਭਾਗਾਂ ਦੀ ਡੋਰ ਤਾਂ ਇਹਨਾਂ ਦਾ ਤੁਸੀਂ ਜੀਵਨ ਕਾਲ ਦੇਖ ਸਕਦੇ ਹੋ 1924 ਤੋਂ 1981 ਤੇ ਇਹਨਾਂ ਦੇ ਭਾਗਾਂ ਦੀ ਡੋਰ ਕਹਾਣੀ ਦੇ ਪਾਤਰ ਨੇ ਜਿਹੜੇ ਤੇਜੂ ਚੇਤੇ ਸ਼ਾਹ ਬशीर ਚਾਂਬੜੀ ਨਾਮਾ ਮਹਿਰਾ RAM ਸੁੰਦਰ ਬੰਤਾ ਕਾਮਰੇਡ ਗੱਭਰੂ ਇਹ ਸਾਰੇ ਇਸ ਦੇ ਪਾਤਰ ਨੇ ਤੇ ਇਹਨਾਂ ਦੇ ਜਿਹੜੇ ਚਰਚਿਤ ਕਹਾਣੀ ਸੰਗ੍ਰਹਿ ਨੇ ਸੀਗੇ ਦੇਸ਼ ਵਾਪਸੀ ਨਮੀ ਰੁੱਤ ਬਾਸਮਤੀ ਦੀ ਮਹਿਕ ਤੇ ਚਾਨਣ ਦੇ ਬੀਜ ਇਹਨਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਬਾਸਮਤੀ ਦੀ ਮਹਿਕ ਤੇ ਪਹਿਲਾਂ ਸਵਾਲ ਪੁੱਛਿਆ ਜਾ ਚੁੱਕਿਆ ਇੱਕ ਵਾਰ ਹਾਂਜੀ ਇਹਦੇ ਵਿੱਚ ਜਿਹੜਾ ਇਸ ਦਾ ਵਿਸ਼ਾ ਜਿਹੜਾ ਹੈ ਉਹ ਪਿੰਡੂ ਲੋਕਾਂ ਦੇ ਵਿਹਮਾਂ ਪਰਮਾ ਤੇ ਵਿਸ਼ਵਾਸਾਂ ਦੇ ਨਾਲ ਜਿਹੜੀ ਸਰਕਾਰੀ ਮਸ਼ੀਨਰੀ ਦੇ ਵਿੱਚ ਆਵਿਸ਼ਵਾਸ ਇਹਨਾਂ ਦੇ ਵਿੱਚ ਜਿਹੜਾ ਪੈਦਾ ਹੁੰਦਾ ਤਾਂ ਉਸ ਚੀਜ਼ ਨੂੰ ਲੈ ਕੇ ਇਹ ਜਿਹੜੀ ਕਹਾਣੀ ਹੈ ਲਿਖੀ ਗਈ ਭਾਗਾਂ ਦੀ ਡੋਰ ਅੱਗੇ ਆਪਣੇ ਕੋਲ ਕਹਾਣੀ ਹੈ ਮੋਤੀ ਮੋਤੀ ਕਿੰਨਾ ਦੀ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਹੈ ਤੇ ਇਹਦੇ ਵਿੱਚ ਜਿਹੜੇ ਪਾਤਰ ਨੇ ਅੱਲਾ ਦਿੱਤਾ ਇੱਕ ਦਾਨਾ ਮੁੰਡਾ ਆ ਪੰਗੂ ਦੀ ਨਾਂ ਜੰਗੀਰ ਪੰਗੂ ਤਾਂ ਇਹ ਜਿਹੜੇ ਇਸ ਦੇ ਪ੍ਰਮੁੱਖ ਪਾਤਰ ਨੇ ਤੇ ਇਸ ਤੋਂ ਇਲਾਵਾ ਮਹਿੰਦਰ ਸਿੰਘ ਜੋਸ਼ੀ ਦੇ ਜਿਹੜੇ ਕਹਾਣੀ ਸਗਰੇ ਨੇ ਪ੍ਰੀਤਾਂ ਦੇ ਪਰਛਾਵੇਂ ਟੋਟਾਂ ਤੇ ਤ੍ਰਿਪਤੀਆਂ ਦਿਲ ਤੋਂ ਦੂਰ ਕਿਰਨ ਕਿਰਨਾਂ ਦੀ ਰਾਖ ਦਰਉਪਤੀ ਦਾ ਦੋਸ਼ ਫੂਸ ਦੀ ਅੱਗ ਨਵੀਂ ਦਿੱਲੀ ਇਹ ਇਸ ਦੇ ਕਹਾਣੀ ਸਗਰੇ ਨੇ ਮਹਿੰਦਰ ਸਿੰਘ ਜੋਸ਼ੀ ਦੇ ਤੇ ਜਿਹੜੀ ਮੋਤੀ ਕਹਾਣੀ ਹੈ ਇਸ ਦਾ ਜਿਹੜਾ ਵਿਚਾਰ ਸੀ ਉਹ ਇਹਦੇ ਵਿੱਚ 1947 ਦੀ ਵੰਡ ਦੇ ਸਮੇਂ ਜਿਹੜੇ ਦਖਾਂਤਕ ਹਾਲਾਤ ਬਣੇ ਕਿਨਾਂ ਦੇ ਕਿਰਤੀ ਪਰਿਵਾਰਾਂ ਦੇ ਠੀਕ ਹੈ ਉਹਨਾਂ ਦੀਆਂ ਮਜਬੂਰੀਆਂ ਜਾਂ ਜਿਹੜੀ ਉਹਨਾਂ ਨੂੰ ਇਹ ਜਿਹੜਾ ਦੋ ਕਲਿਸ਼ ਚੱਲਨੇ ਪਏ ਤਾਂ ਉਹਨਾਂ ਨੂੰ ਦੀ ਚਾਕੀ ਇਹ ਜਿਹੜੀ ਕਹਾਣੀ ਹੈ ਪੇਸ਼ ਕਰਦੀ ਆ ਹਾਂਜੀ ਨੈਕਸਟ ਕਹਾਣੀ ਹੈ ਬਾਜ਼ਾਰ ਦਾ ਮਾਤਮ ਲੇਖਕ ਕਹਾਣੀਕਾਰ ਹੈ ਲੋਚਨ ਬਖਸ਼ੀ ਤੇ ਇਹਦੇ ਪਾਤਰ ਨੇ ਫੌਜਾ ਸਿੰਘ ਠਾਕਰੀ सेठ ਧਨੀਰਾਮ ਮੱਦੀ ਤੇ ਭੋਲਾ ਤੇ ਲੋਚਨ ਬਖਸ਼ੀ ਦੇ ਹੋਰ ਕਹਾਣੀ ਸਗਰੇ ਨੇ ਪੁੰਨ ਪਾਪ ਪੁੰਨ ਤੋਂ ਭਰੇ ਵਰਤੇ ਸਰਾਪ ਭਲੇ ਮੇਲੇ ਵਿੱਚ ਮੇਰੀ ਖੁਸ਼ੀ ਮੋੜਦੇ ਦੇ ਉਲੀ ਦੇ ਪ੍ਰਸ਼ਾਵੇਂ ਹੰਸ ਹਸਨ ਹੰਸਨੀ ਤੇ ਸਾਧੂ ਤਾਂ ਇਸੇ ਤਰ੍ਹਾਂ ਇਸ ਕਹਾਣੀ ਦਾ ਵੇਸ਼ਾ ਜਿਹੜਾ ਹੈ ਦੁਨੀਆ ਦੇ ਇਸ ਪਰੇ ਬਾਜ਼ਾਰ ਦੇ ਵਿੱਚ ਮਨੁੱਖ ਦੁਆਰਾ ਆਪਣੀਆਂ ਜਿਹੜੀਆਂ ਖੁਦਗਰਜ਼ੀਆਂ ਤੇ ਪੈਸੇ ਦੀ ਖਾਤਰ ਆਪਣੇ ਗਾਹਕ ਨੂੰ ਪਛਾਨਣ ਦੀ ਜਿਹੜੀ ਖੁਦਗਰਜ਼ੀ ਆ ਉਹ ਇਸ ਦੇ ਵਿੱਚ ਪੇਸ਼ ਕੀਤਾ ਹੋਇਆ ਇਸ ਦਾ ਦਖਾਂਤ ਹੈ ਨੈਕਸਟ ਚਰਚਿਤ ਕਹਾਣੀ ਹੈ ਕਰੀਰ ਦੀ ਢਿੰਗਰੀ ਇਹਨੂੰ ਤੁਸੀਂ ਅਗਨੂਰ ਨਹੀਂ ਕਰ ਸਕਦੇ ਤਾਂ ਕਿੰਨਾ ਦੀ ਇਹ ਨਾਵਲਕਾਰ ਗੁਰਦਿਆਲ ਸਿੰਘ ਦੀ ਹੈ ਕਹਾਣੀਕਾਰ ਵੀ ਨੇ ਤੇ ਇਹਨਾਂ ਦੇ ਵਿੱਚ ਜੱਟ ਜਿਹੜੇ ਪਾਤਰ ਨੇ ਕਰੀਰ ਦੀ ਟਿੰਗਰੀ ਦੇ ਉਹਨਾਂ ਦੇ ਵਿੱਚ ਬਲੰਤੋ ਦਾ ਸੋਹਰਾ ਬਲੰਤੋ ਮਾਗੀ ਗਿਆਲਾ ਜੀਤਾ ਨਿੱਕੇ ਉਸ ਦੇ ਦੋ ਪੁੱਤਰ ਨੇ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਹੋਰ ਕਹਾਣੀ ਸਗਰੇ ਨੇ ਗੁਰਦਿਆਲ ਸਿੰਘ ਦੇ ਬਾ ਕਮਲ ਖੋਦ ਸੱਗੀ ਫੁੱਲ ਉਪਰਾਕਰ ਠੀਕ ਹੈ ਜੀ ਤੇ ਚਰਚਿਤ ਕਹਾਣੀਆਂ ਕਰੀਬ ਦੀ ਟਿੰਗਰੀ ਨੈਕਸਟ ਗੱਲ ਕਰਦੇ ਆ ਸੂਲੀ ਉੱਤੇ ਲਟਕੇ ਪਾਲਾ ਅਜੀਤ ਕੌਰ ਦੇ ਕਹਾਣੀ ਹੈ ਤੇ ਇਸ ਦੇ ਪਾਤਰ ਨੇ ਕੁਰਨਾ ਲੀਨੂ ਰਜਨੀ ਰਜਨੀ ਦੀ ਮਾਂ ਕਟੋਰੀ ਤੇ ਅਜੀਤ ਕੌਰ ਦੇ ਹੋਰ ਜਿਹੜੇ ਕਹਾਣੀ ਸੰਗ੍ਰਹਿ ਨੇ ਗੁਲਬਾਨੋ ਮੈਕ ਦੀ ਮੌਤ ਸਾਵੀਆਂ ਚਿੜੀਆਂ ਬੁੱਤ ਸ਼ਿਕਨ ਮੌਤ ਅਲੀ ਬਬ ਬਾਬੇ ਦੀ ਨਾ ਮਾਰੋ ਆਪਣੇ ਆਪਣੇ ਜੰਗਲ ਤੇ ਸੂਲੀ ਉੱਤੇ ਲਟਕਦੇ ਪਾਲ ਦਾ ਵੇਸ਼ਾ ਜਿਹੜਾ ਸੀ ਇਸ ਕਹਾਣੀ ਦਾ ਇਸ ਕਹਾਣੀ ਦੇ ਵਿੱਚ ਜਿਹੜਾ ਇੱਕ ਦੂਜੇ ਤੋਂ ਵੱਖ ਹੋਏ ਪਤੀ ਪਤਨੀ ਦੀ ਅਲਾਜ਼ ਨੂੰ ਜੱਜ ਦੀ ਮਰਜ਼ੀ ਅਨਸਾਰ ਪਿਓ ਜਾਂ ਮਾਂ ਨੂੰ ਸੋਪਣ ਦੇ ਸੰਬੰਧੀ ਬਣੇ ਕਾਨੂੰਨ ਵਿੱਚੋਂ ਉਪਜਿਆ ਮਾਨਸਿਕ ਦਖਾਂਤ ਹੈ ਤੇ ਇਸ ਤਰ੍ਹਾਂ ਇਹ ਜਿਹੜੀ ਇੱਕ ਮਨੋਵਿਗਿਆਨਿਕ ਕਹਾਣੀ ਆਹੂ ਨਿਬੜਦੀ ਹੈ ਤੇ ਇਹਦੇ ਵਿੱਚ ਨੈਕਸਟ ਜਿਹੜੀ ਕਹਾਣੀ ਆ ਆਪਣੇ ਕੋਲੇ ਠੱਗੀ ਇੰਪੋਰਟੈਂਟ ਕਹਾਣੀ ਹੈ ਠੱਗੀ ਗੁਲਜਾਰ ਸਿੰਘ ਸੰਧੂ ਦੀ ਤੇ ਇਸ ਦੇ ਜਿਹੜੇ ਪਾਤਰ ਨੇ ਠੱਗੀ ਕਹਾਣੀ ਦੇ ਨਸੀਬ ਜੰਮੂ ਵਾਲੀ ਬੇਬੇ ਇਹਦੇ ਬਾਰੇ ਸਵਾਲ ਜਿਹੜਾ ਪਹਿਲਾਂ ਹੋ ਚੁੱਕਿਆ ਇੱਕ ਵਾਰ ਜੰਮੂ ਵਾਲੀ ਬੇਬੇ ਪਾਤਰ ਦੱਸ ਕੇ ਜਿਹੜਾ ਪੁੱਛਿਆ ਗਿਆ ਸੀ ਸਵਾਲ ਸੰਤਰਾਮ ਠੇਕੇਦਾਰ ਬੇਬੇ ਦੇ ਪੁੱਤਰ ਤੇ ਨੋਹਾ ਤੇਸ ਤੋਂ ਇਲਾਵਾ ਗਲਜਾਰ ਸੰਧੂ ਦੇ ਹੋਰ ਜਿਹੜੇ ਕਹਾਣੀ ਸੰਗਰੇ ਨੇ ਹੁਸਨ ਦੇ ਪਾਣੀ ਇੱਕ ਸਾਂਝ ਪ੍ਰਾਣੀ ਸੋਨੇ ਦੀ ਇੱਟ ਅਮਰ ਕਥਾ ਤੇ ਇਸ ਕਹਾਣੀ ਦਾ ਵਿਸ਼ਾ ਜਿਹੜਾ ਹੈ ਮਨੋਵਿਗਿਆਨਕ ਅਤੇ ਚਰਿੱਤਰ ਦੇ ਕੇਂਦਰਿਤ ਹੈ ਤੇ ਇਹਦੇ ਵਿੱਚ ਜਿਹੜਾ ਹੈ ਬਜ਼ੁਰਗ ਆਮ ਅਗਲਿਆਂ ਦੀ ਸੁੱਖ ਅਤੇ ਆਪਣੇ ਲਈ ਮੌਤ ਨੂੰ ਤਰਜੀਹ ਦਿੰਦੇ ਹਨ ਤਾਂ ਇਸ ਚੀਜ਼ ਨੂੰ ਜਿਹੜਾ ਇਹਦੇ ਵਿੱਚ ਪੇਸ਼ ਕੀਤਾ ਗਿਆ ਹੈ ਨੈਕਸਟ ਹੈ ਮਰਨਰੁੱਤ ਦਲੀਪਕੌਰ ਟਵਾਣਾ ਦੀ ਕਹਾਣੀ ਹੈ ਤੇ ਇਹਦੇ ਵਿੱਚ ਜਿਹੜੇ ਪਾਤਰ ਨੇ ਰਚਨਾ ਰਚਨਾ ਦੀ ਮਾਂ ਰਚਨਾ ਦਾ ਮਗੇਤਰ ਤੇ ਅਰਵਿੰਦ ਤੇ ਸੁਸ਼ਮਾ ਤੇ ਇਸ ਤੋਂ ਇਲਾਵਾ ਦਲੀਪਕੌਰ ਟਵਾਣਾ ਦੇ ਹੋਰ ਜਿਹੜੇ ਕਹਾਣੀ ਸਗਰੇ ਨੇ ਸਦਨਾ ਇੱਕ ਕੁੜੀ ਤੇਰਾ ਮੇਰਾ ਕਮਰਾ ਤਰਾਟਾ ਕਿਸੇ ਦੀ ਧੀ ਵਿਰਾਗੇਨੈਨ वेदना ਯਾਤਰਾ ਤੂੰ ਭਰੀ ਹੰਗਾਰਾ ਤੇ ਮਰਨ ਰੋਤ ਦੇ ਵਿੱਚ ਜਿਹੜਾ ਹੈ ਲੇਖਕ ਨੇ ਔਰਤ ਦੇ ਮਨ ਦੇ ਅੰਦਰ ਦੀ ਜਿਹੜੀ ਚਾਤ ਪੁਆਈ ਜਾਂ ਉਸ ਦੀਆਂ ਜਿਹੜੀਆਂ ਮਨ ਦੀਆਂ ਵੇਦਨਾ ਨੇ ਉਸ ਨੂੰ ਪੇਸ਼ ਕੀਤਾ ਹੈ ਜਾਂ ਉਸ ਦੇ ਕੋਮਲ ਜਿਹੜੇ ਭਾਵ ਨੇ ਤੇ ਔਰਤ ਦੇ ਨਾਲ ਹੁੰਦੀ ਬੇਵਫਾਈ ਤੇ ਉਸ ਨੂੰ ਮਰਨ ਦੇ ਹਾਲ ਤੱਕ ਪਹੁੰਚਾ ਦਿੰਦਾ ਹੈ ਇਸ ਚੀਜ਼ ਨੂੰ ਜਿਹੜਾ ਨੇ ਪੇਸ਼ ਕੀਤਾ ਦਲੀਪ ਘੋਟਵਾਣਾ ਨੇ ਨੈਕਸਟ ਹੈ ਕਹਾਣੀ ਮਾਈ ਸਦਰਾਂ ਬੂਟਾ ਸਿੰਘ ਦੀ ਤੇ ਇਹਨਾਂ ਦੇ ਵਿੱਚ ਪਾਤਰ ਮਾਈ ਸਦਰਾਂ ਨੌ ਬੁੱਢਾ ਵਿਅਕਤੀ ਚੌਂਕੀਦਾਰ ਤੇ ਇਹਦੇ ਜਿਹੜੇ ਕਹਾਣੀ ਸੰਗ੍ਰਹਿ ਨੇ ਲੋਚ ਬਾਰੇ ਦੀ ਸੁਪਨਿਆਂ ਦੀ ਸ਼ਾਮ ਤੇ ਅੰਗੂਰਾਂ ਦੀ ਵੇਲ ਤੇ ਇਸੇ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਜਿਹੜਾ ਹੈ ਰੇਲਵੇ ਯਾਰਡ ਕੋਲੋਂ ਕੋਲਾ ਚਰਾ ਕੇ ਗੁਜ਼ਾਰਾ ਕਰਨ ਵਾਲੀ ਇੱਕ ਔਰਤ ਦੀ ਗੁਰਬਤ ਤੇ ਜਲਾਲਤ ਪਰੇ ਜੀਵਨ ਨੂੰ ਜਿਹੜਾ ਇਸ ਚ ਦੇ ਵਿੱਚ ਪੇਸ਼ ਕੀਤਾ ਗਿਆ ਨੈਕਸਟ ਹੈ ਆਪਣੀ ਆਪਣੀ ਸੀਮਾ ਜਸਵੰਤ ਸਿੰਘ ਵਿਰਦੀ ਦੀ ਕਹਾਣੀ ਹੈ ਦਰਸ਼ੀ ਤੇ ਉਸ ਦਾ ਪਤੀ ਇਹ ਜਿਹੜੇ ਪਾਤਰ ਨੇ ਪ੍ਰਮੁੱਖ ਤੇ ਇਹਨਾਂ ਦੇ ਹੋਰ ਜਿਹੜੇ ਕਹਾਣੀ ਸੰਗ੍ਰਹਿ ਨੇ ਜਸਵੰਤ ਸਿੰਘ ਵਿਰਦੀ ਦੇ ਪੀੜ ਪ੍ਰਾਈ ਗਾਮ ਦਾ ਸਾਖ ਨੌਕਰ ਵਾਲੀ ਗਲੀ ਖੂਨ ਦੇ ਹਸਥਾਕਰ ਬਾਤਮੀਜ਼ ਲੋਕ ਰੱਥ ਦੇ ਪਹੀਏ ਅੱਧੀ ਸਦੀ ਦਾ ਫਰਕ ਹਮਵਤਨੀ ਨਦੀ ਦਾ ਪਾਣੀ ਤਾਂ ਇਹ ਜਿਹੜੇ ਇਸ ਇਹਨਾਂ ਦੇ ਜਸਵੰਤ ਸਿੰਘ ਵਿਰਦੀ ਦੇ ਹੋਰ ਕਹਾਣੀ ਸੰਗ੍ਰਹਿ ਨੇ ਲਾਸਟ ਜਿਹੜੀ ਕਹਾਣੀਆਂ ਇਹ ਸਭ ਤੋਂ ਇੰਪੋਰਟੈਂਟ ਕਹਾਣੀਆਂ ਮੈਨੂੰ ਟੂਰ ਬਣਾ ਦੇਵਾ ਮੋਹਨ ਭੰਡਾਰੀ ਜੀ ਦੀ ਹਾਲ ਦੀ ਘੜੀ ਦੇ ਵਿੱਚ ਪਿੱਛੇ ਜੇ ਆਪਾਂ ਨੂੰ ਇਹ ਜਿਹੜਾ ਹੈ ਸਦੀਵੀ ਵਿਛੋੜਾ ਦੇ ਗਏ ਸੀ ਤੇ 1937 ਦੇ ਵਿੱਚ ਜਨਮੇ ਤੇ ਇਹਨਾਂ ਤੇ ਜਿਹੜਾ ਸਵਾਲ ਜ਼ਰੂਰ ਹੋ ਸਕਦਾ ਇਸ ਵਾਰ ਤਾਪਾ ਜਿਹੜਾ ਅਗਲੀਆਂ ਵੀਡੀਓ ਦੇ ਵਿੱਚ ਇਹਨਾਂ ਦੇ ਡਿਟੇਲ ਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਜਿਹੜੇ ਪਾਤਰ ਨੇ ਮੈਨੂੰ ਟੰਗੋਰ ਬਣਾ ਦੇਮਾ ਟੈਗੋਰ ਬਣਾ ਦੇ ਬਦਰੂ ਪੱਠੇ ਦਾ ਮੁੰਸ਼ੀ ਕਵੀ ਮਾਸਟਰ ਬਜ਼ੁਰਗ ਨੇਤਾ ਬਦਰੂ ਦੀ ਮਾਂ ਤੇ ਇਹਨਾਂ ਦੇ ਜਿਹੜੇ ਹੋਰ ਕਹਾਣੀ ਸੰਗ੍ਰਹਿ ਨੇ ਤਿਲਚੌਲੀ ਮਨੋਖ ਦੀ ਪੈੜ ਕਾਠ ਦੀ ਲੱਤ ਪਛਾਣ ਤੇ ਮੂਹਨ ਦੀ ਅੱਖ ਮੂਹਨ ਦੀ ਅੱਖ ਤੇ ਇਹਨਾਂ ਨੂੰ ਜਿਹੜਾ ਸਾਇਤ ਅਕਾਦਮੀ ਪੁਰਸਕਾਰ ਮਿਲਿਆ ਤੇ ਇਸ ਤਰ੍ਹਾਂ ਜਿਹੜਾ ਇਹ ਚਰਚਿਤ ਹੈ ਤਾਂ ਬਹੁਤ-ਬਹੁਤ ਸ਼ੁਕਰੀਆ ਤੇ ਇੱਥੇ ਤੁਸੀਂ ਲਾਸਟ ਦੇ ਉੱਪਰ ਜਿਹੜਾ ਹੈ ਇਹ ਲਿੰਕ ਮੈਂ ਦੇ ਦੇਵਾਂਗਾ ਪਿਛਲੀ ਵੀਡੀਓ ਦਾ ਵੀ ਪਿਛਲਾ ਭਾਗ ਤੇ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੀਡੀਓ ਨੇ ਬਹੁਤ-ਬਹੁਤ ਸ਼ੁਕਰੀਆ ਜਲਦ ਹੀ ਨਵੀਂ ਵੀਡੀਓ ਲੈ ਕੇ ਤੁਹਾਡੇ ਸਨ ਮੋਹੂਗਾ